मज़ीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मज़ीद इस तरह की वीडियो की नोटिफिकेशन आपको टाइम पर मिलती रहे। बिस्मिल्लाह रहमान रहीम, अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों आज की वीडियो डेट है 7 सितंबर 2024 और दिन है आज हफ्ते का रेगुलर बेसिस की लास्ट वीडियो है हक बाउ डेयरी फार्म। माशाल्लाह पिछली बुद्ध वाली तुसी वीडियो वेखी सी, कमाल दे हीरे हाजी साहब लैके आए सानू, लोकेशन बड़ी प्यारी है, सालम तो रह के तकरीबन कोई 4-5 किलोमीटर का, तकरीबन 3-4 किलोमीटर का फासला ठट्टा वैसे, और अच्छी कैटागरी अगर तुसी तुहानू चाहिए तो माशाल्लाह मिलेगी। साढ़े नाल आई मेहमान मौजूद ने, बड़ी दूर तो आए ने, इन्हां नाल भी तारफ करवाने, दो जानवर सिलेक्ट कर चुके ने, परचेज कर चुके ने। तुहानू भी मैं हर वीडियो सब तो पहले ही आखना कि कोशिश करो खुद आओ मौके पर आके चेकआउट करो, तसली करो, चुआई करो, फिर जानवर लैके जाओ। डिटेल लेने अस्सलाम वालेकुम जी। सर की हाल है? ठीक हो? भाई साहब सिद्ध भी ठीक है। सर की नाम है अपना? मलक आदल। साहब केड़ी जगह तो? कश्मीर तो आसा। कश्मीर, आजाद कश्मीर? आजाद कश्मीर जिला पहुंचे। जिला पहुंचे, अच्छा अच्छा माशाल्लाह। जानवर उत्ते दा मौसम ठंडा है? हां ठंडा, ठंडा मौसम है। जानवर फिर तो सही जगह तो लेने हैं, पसंद आए ने? नहीं नहीं पसंद है। चुआई कीती? चुआई की, क्वालिटी पूरी लगी है? ਜਿਹੜਾ ਵੀਡੀਓ ਸਟੂਡੀਓ ਚ ਵੇਖਦੇ ਸੀ ਤੇ ਅੱਜ ਮੌਕੇ ਤੇ ਆਇਓ, ਕਿਹਸਾ ਲੱਗਿਆ ਜਾਨਵਰਾਂ ਚ? ਕੀ ਮੌਕੇ ਤੇ ਤੇ ਜ਼ਿਆਦਾ ਬੈਸਟ ਹੈ, ਜ਼ਿਆਦਾ ਬੈਸਟ ਹੈ। ਵੇਖੋ ਵੀਡੀਓ ਜਾਨਵਰ, ਮੈਂ ਤੁਹਾਨੂੰ ਕਿੰਨੀ ਵਾਰੀ ਕਹਿੰਦਾ, ਵੱਡੇ ਹੁੰਦੇ ਨੇ ਲੱਗਦੇ, ਛੋਟੇ ਨੇ ਵੀਡੀਓ ਚ, ਮੌਕੇ ਤੇ ਆਓਗੇ ਤੇ ਪੂਰੇ ਨਜ਼ਰ ਆਣਗੇ ਜਾਨਵਰ ਸਾਰੇ। ਜੀ ਜੀ ਮਾਸ਼ਾਅੱਲਾ, ਮਹਿਮਾਨ ਵੀ ਨੇ ਦੋ ਜਾਨਵਰ। ਜਾਨੀ ਭਾਈ ਪਹਿਲੇ ਤੇ ਮਾਸ਼ਾਅੱਲਾ ਮੇਰਿਆਂ ਸਾਰਿਆਂ ਭਾਈਆਂ ਨੇ ਮੈਂ ਸਲਾਮ ਪੇਸ਼ ਕਰਦਾ ਕਿ ਜਿਹੜਾ ਇਤਨਾ ਪਿਆਰ ਕਰ ਰਹੇ ਨੇ ਇਹ ਅੱਲਾ ਦੀ ਕਰਮ ਨਵਾਜ਼ੀ ਹੈ, ਔਰ ਇਹਨਾਂ ਭਾਈਆਂ ਦਾ ਬੜਾ ਮੁਹੱਬਤ ਔਰ ਪਿਆਰ ਹੈ, ਉਹਨਾਂ ਦਾ ਸ਼ੁਕਰੀਆ ਕਿ ਜਿਹੜੇ ਸਾਨੂੰ ਮਾਸ਼ਾਅੱਲਾ ਇਤਨਾ ਕਾਰੋਬਾਰ ਦੇ ਵਿੱਚ ਚਲਾ ਰਹੇ। ਜ਼ਿੰਦਾਬਾਦ। ਦੇਖੋ ਨਾ, ਅਸੀਂ ਇਹਨਾਂ ਫਾਰਮਰ ਭਾਈਆਂ ਦੇ ਨਾਲ ਚੱਲ ਰਹੇ ਹਾਂ ਤੇ ਕਾਰੋਬਾਰ ਚੱਲ ਰਿਹਾ, ਕੋਈ ਸ਼ੱਕ ਨਹੀਂ। ਲੇਕਿਨ ਇਹ ਵੇ ਕਿ ਬਹੁਤ ਬਹੁਤ ਸ਼ੁਕਰੀਆ ਕਿ ਬੁੱਧ ਦੀ ਵੀਡੀਓ ਦਾ ਬੜਾ ਅੱਛਾ ਰਿਸਪੋਂਸ ਮਿਲਿਆ ਸੀ ਕਿ ਚਾਰੋ ਜਾਨਵਰ ਇੱਕ ਪਾਰਟੀ ਨੇ ਉਸ ਟਾਈਮ ਪਰਚੇਜ ਕਰ ਲਿਆ। ਵਾਹ। ਤੇ ਮੈਂ ਭਾਈਆਂ ਕੋਲ ਮਰ ਚਾਹੁੰਦਾ, ਭਾਈਆਂ ਨੇ ਕਾਲ ਕੀਤੀ ਸੀ, ਗਾਵਾਂ ਪਹਿਲੇ ਸੇਲ ਹੋ ਗਈਆਂ, ਲੇਕਿਨ ਜਿਹੜੇ ਭਾਈਆਂ ਨੇ ਬੁੱਧ ਦੀ ਵੀਡੀਓ ਵਿੱਚ ਸਾਨੂੰ ਕਾਲਾਂ ਕੀਤੀਆਂ ਨੇ, ਜਿਹੜੇ ਇੰਤਜ਼ਾਰ ਕਰ ਰਹੇ ਨੇ, ਇਨਸ਼ਾਅੱਲਾ ਤਾਲਾ ਅੱਜ ਭਾਈਆਂ ਨੇ ਪਹਿਲੇ ਜਨਵਰ ਤੋਂ ਪਤਾ ਚੱਲ ਜਾ ਸੀ ਹੱਕ ਬਹੁਤ ਦੇਰੀ ਫਾਰਮ 'ਤੇ, ਗੱਲਾਂ ਨਾਲ ਨਹੀਂ, ਕਿ 50-50 ਲੀਟਰ ਦੇ ਰਿਕਾਰਡ ਵਾਲੇ ਜਨਵਰ ਹੋਏ ਤੇ ਵੱਧ ਭਰਾਵਾਂ ਕਮਿੰਟ ਦੇ ਵਿੱਚ ਮਾਸ਼ਾਅੱਲਾ। ਅੱਜ ਗਰਲੈਂਡੋ ਦਾ ਸ਼ੌਕ ਹੈ ਜੀ ਹਾਜੀ ਸਾਹਿਬ ਕੋਲ, ਮੈਂ ਤੁਹਾਨੂੰ ਸਿੱਧੀ ਖਰੀ ਗੱਲ, ਹਾਈ ਸਾਹਿਬ ਸਰਪ੍ਰਾਈਜ਼ ਰੱਖਣਾ ਚਾਹ ਰਹੇ ਨੇ, ਲੇਕਿਨ ਅੱਜ ਤੁਹਾਨੂੰ ਵਿਖਾਵਾਂਗੇ ਇਨਸ਼ਾਅੱਲਾ ਤਾਲਾ, ਗੱਲਾਂ ਨਾਲ ਨਹੀਂ, ਪਿਓਰਟੀ ਕਲਾਸ ਕੁਆਲਿਟੀ ਪੂਰੀ ਵਿਖਾਵਾਂਗੇ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਚਲਦਾ ਪਹਿਲਾ ਨੰਬਰ ਕੀ ਫਰੀ। बिस्मिल्लाहिर्रहमान रहीम, दोस्तों जी पहला जानवर स्क्रीन के ऊपर आप दोस्तों के सामने, माशाल्लाह जी हक बहु डेयरी फार्म और जानवर की मियार क्वालिटी क्लास चेकआउट करें। माशाल्लाह जी, आई साहब की पिछली वीडियो ने भी धूमे मचाई थी, कमाल के जानवर, अमेरिकन हीफर, माशाल्लाह जी बड़े बड़े कमाल के जानवर लेकर आई साहब आए थे, और आई साहब ने गल भी की थी कि माशाल्लाह जी आने वाले टाइम च बड़े मुश्किल जानवर लभने ने, लेकिन अज जो आई साहब को गर्लैंडो खास करके खलोती है ना, ਮਾਸ਼ਾਅੱਲਾ ਮਾਰਕੀਟ 'ਚ ਨਹੀਂ ਇਹਦੇ ਨਾਲ ਦੀ ਕੋਈ ਵੀ ਖਲੋਤੀ ਆਉਣੀ, ਜਿਹੜੀ ਅੱਜ ਅਸੀਂ ਵੀਡੀਓ 'ਚ ਵਿਖਾਣੀ ਹੈ। ਜਾਨੀ ਭਾਈ ਇੱਕ ਨਹੀਂ, ਅੱਜ ਸਾਰੇ ਹੀਰੇ ਹੀ ਨਹੀਂ, ਪੂਰੀਆਂ ਕੁਆਲਿਟੀਆਂ, ਇੱਕ ਲਿਖੇ ਕੁਆਲਿਟੀ, ਅੱਛਾ ਕ੍ਰਾਸ ਹੈ, ਇਸ ਗਾਂ ਦੀ ਬਾਡੀ ਵੇਖੋ ਨਾ, ਮਾਸ਼ਾਅੱਲਾ ਬਿਹਤਰੀਨ ਚੀਜ਼ ਹੈ, ਕੁਆਲਿਟੀ ਵੇਖੋ ਇੱਕ ਵਾਰੀ ਮਾਸ਼ਾਅੱਲਾ ਜੀ। ਫਿਰ ਸੂਈ ਬੈਡ ਹੋਵੇ, ਪਿੱਛੇ ਬੱਚੀ ਹੋਵੇ, ਹੋਰ ਕੀ ਚਾਹੀਦਾ, ਕਲਾਸ ਕੁਆਲਿਟੀ ਤੇ ਫੋਕਸ ਕਰਿਆ ਕਰੋ, ਚੈੱਕ ਕਰੋ ਜ਼ਰਾ, ਮਾਸ਼ਾਅੱਲਾ ਹਾਈ ਸਾਹਿਬ ਡਬਲ ਵੇਟ ਹੈ ਜਾਨੀ ਭਾਈ, ਉੱਤੇ ਖਲਾਰੀ ਸਾਹਿਬ ਨੇ ਖਲਾਰੀ ਕਿ ਨਾ ਭਰਾਵਾਂ ਨੂੰ ਪੈਰਾਂ ਤੱਕ ਸ਼ੌਕ ਕਰ ਰਿਹਾ ਹੈ, ਇੱਥੇ ਵੇਖੋ ਜੀ, ਚਾਰੋਂ ਕੋਨਿਆਂ ਤੋਂ ਚਾਰੋਂ ਸਾਈਡਾਂ ਤੋਂ ਇੱਕ ਵਾਰ ਸ਼ੌਕ ਕਰੋ ਜੀ, ਵੇਖੋ ਜਾਨਵਰ ਤੁਸੀਂ, ਔਰ ਗਾਂ ਦੇ ਗੁੱਲੇ ਫੁੱਟ ਫੁੱਟ ਦੇ ਫਾਸਲੇ, ਮਾਸ਼ਾਅੱਲਾ ਫਿਰ ਇਹ ਗੁੱਲਾ ਲੱਗਾ ਹੋਵੇ ਗਾਂ ਤੇ, ਬਾਡੀ ਸਟ੍ਰਕਚਰ ਹੋਵੇ ਗਾਂ ਦਾ, ਜ਼ਿੰਦਾਬਾਦ ਹਾਈ ਸਮੇਂ ਪੂਰੀ ਚੀਜ਼ ਹੈ, ਦੁੱਧ ਵੀ ਜਾਨੀ ਭਾਈ ਉਹ ਹੀ ਦੇਣੀਆਂ ਕਿ ਜਿਨ੍ਹਾਂ ਦੀ ਮਾਸ਼ਾਅੱਲਾ ਬਾਡੀ ਅੰਜ ਹੋਵੇ, ਜਿਹੜੇ ਚੰਗੀਆਂ ਸਾਂਭੀਆਂ ਹੋਣ, ਸਾਂਭੀਆਂ ਹੋਣ ਸਾਈਆਂ, ਮਾਸ਼ਾਅੱਲਾ। ਕਿੰਨੇ ਮੌਕੇ ਤੇ ਚੁਆਈ ਹੋਣੀ ਦੀ
ਜਾਨੀ ਬਾਈ ਜਿਸ ਬਾਈ ਦਾ ਦਿਲ ਕਰੇ ਆ ਕੇ 24 ਕਿਲੋ ਚੁਆਈ ਕਰ ਲਵੇ ਇਸ ਟਾਈਮ 24 ਲੀਟਰ ਦੀ 24 ਲੀਟਰ ਇਹ ਬੱਚੀ ਨੂੰ ਪਿਆ ਕੇ ਸਾਰੀ ਬੱਚੀ ਪਿਲਾ ਕੇ ਚਾਰੋਂ ਥਣਾਂ ਦੀ 24 ਕਿਲੋ ਚੁਆਈ ਕਰ ਲਵੇ ਗੱਲ ਕੀ ਹੋਣੀ 24 ਲੀਟਰ ਵਾਲੀ ਦੀ ਬੜੇ ਪਿਆਰ ਮੁਹੱਬਤ ਨਾਲ ਸੋਹਣੇ ਪਹਿਲਾ ਜਾਨਵਰ ਹੀ ਵਿਖਾਣੇ ਵੀ ਕਾਫੀ ਜਾਨਵਰ ਜਿਹੜਾ ਇਹ ਆਰਡਰ ਲੱਗਾ ਹੋਇਆ ਇਹ ਬੱਚੀ ਦੇਖ ਇੱਕ ਮਿੰਟ ਇਹ ਦੇਖ ਚੈੱਕ ਕਰੋ ਤਾਂ ਦੇਖਣ ਲੱਗਾ ਪਾਜ਼ਨ ਕੀ ਕਰੇ ਇਸ ਦੀ ਹੈ ਪੂਰੇ ਨਖਰੇ ਨਾਲ ਵੇਖੋ ਜੀ ਮਾਸ਼ਾਅੱਲਾ ਦਾਣਾ ਖਲੋਤਾ ਸਾਹਮਣੇ ਪਿੱਛੇ ਬੱਚੀ ਹੈ 24 ਲੀਟਰ ਦੀ ਚੁਆਈ ਭਾਈਆਂ ਨੇ ਰੇਟ ਦਿੱਤਾ ਨਾ ਇਨਸ਼ਾਅੱਲਾ ਤਾਲਾ ਜਾਨੀ ਬਾਈ ਪਹਿਲਾ ਜਾਨਵਰ ਹੈ ਤੇ ਬਰਕਤ ਸ਼ੁਰੂ ਕਰਨ ਲੱਗਿਆ ਬਿਸਮਿਲਾ ਪੜ੍ਹ ਕੇ ਰੇਟ ਦੇਣਾ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਭਾਈਆਂ ਨੇ ਜਦੋਂ ਜਾਨਵਰ ਦੀ ਪੂਰੀ ਕੁਆਲਿਟੀ ਵੇਖੀ ਨਾ ਤੇ ਦਿਲ ਖੁਸ਼ ਹੋ ਸੀ ਕਿੰਨੇ ਦਾ ਬਿਸਮਿਲਾ ਜਾਨੀ ਬਾਈ ਜਿਸ ਭਰਾ ਨੇ ਗਾਂ ਚੰਗੀ ਲੱਗੇ ਹਾਂ ਤੇ ਗਾਂ ਮੇਰੀ ਇਹ 7.5 ਲੱਖ ਇੱਕੋ ਗੱਲ ਕਰਨੀ ਇੱਕੋ ਗੱਲ ਕਰਨੀ ਹੈ 6,85,000 ਦੀ ਗਾਂ 6,85,000 ਬੱਚਾ 7.5 ਲੱਖ ਦੀ 6,85,000 ਕ੍ਰਾਸ ਬਰੀਡ ਵੀ ਦੁੱਧ ਦਾ ਰਿਕਾਰਡ 30 ਕਿਲੋ ਪੂਰਾ ਕਰ ਸਕੇ ਮਾਸ਼ਾਅੱਲਾ ਜੀ ਦੋਸਤੋ ਜੀ 30 ਲੀਟਰ ਤੱਕ ਕਪੈਸਿਟੀ 24 ਲੀਟਰ ਮੌਕੇ ਦੀ ਚੁਆਈ ਅੱਜ ਦੀ ਡੇਟ 'ਚ ਇਹਦਾ ਰੇਟ ਜੇ 6,85,000 ਜਾਨਵਰ ਨੰਬਰ 1 ਨੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਚੱਲਦਾ ਦਾਣਾ ਨੰਬਰ 2 ਕੀ ਤਰ੍ਹਾਂ ਦੋਸਤੋ ਜੀ ਜਾਨਵਰ ਨੰਬਰ ਆ ਚੁੱਕਾ 2 ਸੈਕਿੰਡ ਨੰਬਰ ਕੀ ਗਾਇ ਸਕਰੀਨ ਕੇ ਉੱਪਰ ਜਰਸੀ ਕੇ ਸ਼ੌਕੀਨ ਹਜ਼ਰਾਤ ਮਾਸ਼ਾਅੱਲਾ ਜੀ ਲੇਕਿਨ ਸ਼ੌਕੀਨਾਂ ਵਾਸਤੇ ਸਸਤੀ ਤੇ ਮਿਆਰੀ ਕੁਆਲਿਟੀ ਵਾਲੀ ਚੀਜ਼ ਘਰ ਚੋਣੇ ਪੀਣੇ ਵਾਸਤੇ ਸੋਨਾ ਇੱਕ ਵਾਰ ਜਰਸੀ ਦੇ ਕੋਲ ਪੂਰੀ ਲੈਂਥ ਲੰਬਾਈ ਵੇਖ ਲਓ ਇੱਥੇ ਲਿਬਾਸ ਵੇਖਣਾ ਇੰਜ ਫਿਰ ਗੁੱਲੇ ਪਿੱਛੇ ਨੂੰ ਪੂਰੀ ਚੀਜ਼ ਵੇਖਣੀ ਹੈ ਇਹ ਕੱਟ ਵਾਲਾ ਲਿਬਾਸ ਚੈੱਕ ਕਰੋ ਜ਼ਰਾ ਫਿਰਦਾ ਚੱਲਣਾ ਯਾਰ ਟੁਰਦਾ ਚੱਲ ਚੈੱਕ ਕਰੋ ਕਿਆ ਕਹਿੰਦੇ ਪੂਰੀ ਚੀਜ਼ ਮਾਸ਼ਾਅੱਲਾ ਹਾਈ ਸਾਹਿਬ ਜਿਹੜਾ ਲਿਬਾਸ ਨਜ਼ਰ ਆ ਰਿਹਾ ਕਿੰਨਾ ਦੁੱਧ ਹਾਜ਼ਰ ਚੁਆਓਗੇ ਹਾਜ਼ਰ ਜਿਸ ਭਾਈ ਦਾ ਦਿਲ ਕਰੇ ਆ ਕੇ 30 ਕਿਲੋ ਦੀ ਚੁਆਈ ਕਰ ਲਵੇ ਬਾਈ ਤੋਂ 30 ਲੀਟਰ ਬੋਲੇ ਦੀ ਚੁਆਈ ਕਰ ਬੱਚਾ ਹੈ ਜੀ ਬੱਚਾ 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 ਮੂੰਹ ਚ ਬਾਈ ਤੋਂ 30 ਲੀਟਰ 30 ਲੀਟਰ ਦੀ ਆਰਡਰ ਤੇ ਜਿਹੜਾ ਹੈ ਨਾ ਉਹ ਨਜ਼ਰ ਆ ਰਿਹਾ ਵੀ 30 ਕਿਲੋ ਵਾਲਾ ਹੈ ਲੇਕਿਨ ਜਿਸ ਟਾਈਮ ਚੁਆਈ ਕਰਕੇ ਤੇ ਦੁੱਧ ਠੰਡਾ ਕਰਕੇ ਨਾਪ ਕੇ ਲੈ ਗਏ ਨਾ ਤੇ ਪਤਾ ਤਾਂ ਚੱਲਦਾ ਮੇਰੀ ਗੱਲ ਸੁਣੋ ਜੀ ਬਾਈ 30 ਨਹੀਂ ਅਸੀਂ 20 ਲੀਟਰ ਇਸ ਟਾਈਮ ਚੁਆ ਦੇ ਅਸੀਂ 20 ਕਿਲੋ ਕਿਉਂ ਦੱਸਣਾ ਚੁਆ ਦੇਣਾ ਅਸੀਂ ਆਖਿਆ ਬਾਈ ਵੀ ਨਹੀਂ ਦੱਸਣਾ ਸਾਡਾ ਹੈ 30 ਲੀਟਰ ਇੰਜ ਲਿਆ ਯਾਰ ਅੱਜ ਇਹ ਤਾਂ ਬਾਈ ਕਿਉਂ ਦੱਸਣਾ 30 ਲੀਟਰ ਹੈ 30 ਜਾਂ ਜਾਂ 30 ਕਿਲੋ ਵਾਲੀ ਹੈ ਬੜੇ ਪਿਆਰ ਨਾਲ ਛੋਟੀ ਜਿਹੀ ਗੱਲ ਮੁਹੱਬਤਾਂ ਪਿਆਰ ਵਾਲੀ ਚੈੱਕ ਕਰੋ ਯਾਰ ਗਾਹ ਸੋਹਣੀ ਹੈ ਮਾਸ਼ਾਅੱਲਾ ਜਿਤਨਾ ਰਜਾਇਆ ਜਿਤਨਾ ਖਵਾਇਆ ਪਿਆਇਆ ਉਤਨਾ ਦੇਵੇ ਛੋਟਾ ਫੇਸ ਹੈ ਮੈਂ ਅੱਗੇ ਬ੍ਰਾਹਮਣ ਵਿਖਾਇਆ ਕੁਆਲਿਟੀ ਚੈੱਕ ਕਰ ਲੈ ਲਓ ਜੀ ਚਮਕ ਨਸਲ ਪੂਰੀ ਵੇਖੋ ਇੱਕ ਵਾਰੀ ਗੁੱਲੇ ਚੈੱਕ ਕਰੋ ਇੱਕ ਵਾਰੀ ਇਹ ਜਾ ਰਿਹਾ ਜੀ ਦਾਣਾ ਹਜੇ ਸਾਹਿਬ ਅੱਜ ਬ੍ਰਾਹਮਣ ਲਈ ਦਾਣਾ ਕਿੰਨੇ ਦਾ ਰੇਟ ਬੜੇ ਮਾਕੂਲ ਜਿਹਾ ਬ੍ਰਾਹਮਣ ਦੇਣਾ ਬਿਸਮਿਲਾ ਖਾਨ ਬਿਸਮਿਲਾ ਬਿਸਮਿਲਾ ਲਮੀਆਂ ਨਾ ਸੋਚ ਆ ਜੀਆਂ ਗਾਵਾਂ 8-9 ਵਿਖਾਣੀਆਂ ਨੇ ਗਰਲੈਂਡੋ ਜੇ 10 ਮਿੰਟ ਸਾਡੇ ਲੈਣ ਵਾਲੀ ਗਾਂ ਇਸ ਵਾਸਤੇ ਦਾ ਟਾਈਮ ਟੂ ਟਾਈਮ ਅੱਲਾ ਪਾਕ ਕਰੇ ਜ਼ਿੰਦਗੀ ਗਾਂ ਦੀ ਆਮੀਨ ਤੇ ਦੁੱਧ ਦਾ ਰਿਕਾਰਡ ਅਗਰ 30 ਪਲੱਸ ਨਾ ਕਰੇ ਨਾ ਤੇ 25 ਪਲੱਸ ਕਰਨਾ ਇਸ ਦਾ ਹੱਕ ਹੈ ਕਿੰਨੇ ਦੀ ਇਸ ਦੀ ਬਰੀਡ ਤੇ ਫੋਕਸ ਹੈ ਜਿਸ ਭਾਈ ਨੂੰ ਚੰਗੀ ਲੱਗੇ ਨਾ ਪਿਆਰ ਔਰ ਮੁਹੱਬਤ 6,75,000 ਦੇ 6,75 ਫਾਈਨਲ ਦੋ ਤਰੀ ਫਾਈਨਲ ਰੇਟ ਨੋ ਬਾਰਗੇਨਿੰਗ ਪਿੱਛੇ ਬੱਚਾ ਜਰਸੀ ਸਾਈਕਲ ਲੈਕਟੇਸ਼ਨ ਦੀ ਮੁੱਠ ਬਰਥਾਨ ਖਿਲੇ ਸੋਹਣੇ ਐ ਵੇਖ ਲਓ 6,75,000 ਫੁੱਲੀ ਫਾਈਨਲ ਚੱਲਤਾ ਅਗਲੀ ਗਾਇਕ ਦੋ ਤਰੀ ਜਾਨਵਰ ਨੰਬਰ ਆ ਚੁੱਕਿਆ 3rd ਫਰੀਜ਼ੀਅਨ ਕ੍ਰਾਸ ਪਲੱਸ ਚੋਲਿਸਤਾਨੀ ਪਿੱਛੇ ਜੇ ਵੱਛੀ ਮੇਰੇ ਉਹ ਦੋਸਤ ਬਾਈ ਜਿਹੜੇ ਆਦੇ ਨਾ ਵੱਛੀਆਂ ਵਾਲੀ ਗਾਂ ਲੱਭਦੀ ਏ ਲੱਭਦੀ ਨਹੀਂ ਪਈ ਢੂੰਡ ਰਹੇ ਹਾਂ ਗਾਂ ਦਾ ਕੱਦ ਬੁੱਤ ਹੋਵੇ ਮਗਰ ਵੱਛੀ ਹੋਵੇ ਲਓ ਜੀ ਤੁਹਾਡੇ ਕੋਲ ਗਾਂ ਚੰਗੇ ਕੱਦ ਬੁੱਤ ਵਾਲੀ ਹੈ ਮਾਸ਼ਾਅੱਲਾ ਜੀ ਪਿੱਛੇ ਵੱਛੀ ਜੇ ਇਹ ਗਾਂ ਰੱਖ ਵੇਖ ਲਓ ਕੁਆਲਿਟੀ ਵੇਖ ਲਓ ਇੱਕ ਵਾਰੀ ਵਾਹ ਮਾਸ਼ਾਅੱਲਾ ਇਹ ਵੇਖੋ ਜ਼ਿੰਦਾਬਾਦ ਜ਼ਿੰਦਾਬਾਦ ਫਿਰਦਾ ਚੱਲ ਮੇਰਾ ਭਰਾ ਆਈ ਸਾਹਿਬ ਵਾਰਾ ਕਿਨਵਾ ਸੂਈ ਹੈ ਜੀ ਵਾਰਾ ਦੂਸਰਾ ਹੈ ਮੂੰਹ ਚ ਛੇਦ ਆਉਂਦੇ ਵਾਹ
ਕੱਲ 5 ਵਜੇ ਸ਼ਾਮ ਨੂੰ ਗਾਂ ਡਰੀਵਰ ਹੋਈ। ਠੀਕ ਹੈ। ਕੱਲ ਜਾਨੀ ਬਾਈ ਗਾਂ ਦੇ ਕੋਲ ਜਿਹੜਾ ਬੋਲਾ ਬੋਲਾ ਨਾਰਾ ਪਿੱਛੇ ਫੇਰ ਕੇ ਖਿਲਾ ਰਿਹਾ, ਉਹ ਸਿਰਫ 16 ਤੋਂ 17 ਲੀਟਰ ਹੈ। 16 ਤੋਂ 17 ਇਸ ਟਾਈਮ ਮੌਕੇ ਦੀ ਚੁਆਈ, ਇਸ ਟਾਈਮ ਬੋਲਾ। ਠੀਕ ਹੈ, ਕਾਬੂ ਕਰ, ਇੱਥੇ ਕਾਬੂ ਕਰ ਜਾਨੀ ਬਾਈ। ਜਿਵੇਂ ਗਾਂ ਦੀਆਂ ਚੁਆਈਆਂ ਹੋ ਸਨ ਨਾ, ਅਜੇ ਵੇਖੋ ਐਂ ਐਂ ਵੱਧ ਸੀ, ਬਿਲਕੁਲ ਬਹੁਤ ਖੁੱਲੇ ਲੀਟਰ ਦੀ ਗਾਂ ਹੈ ਮਾਸ਼ਾਅੱਲਾ। ਦਿੱਤੀ ਵੀ ਵੱਛੀ ਸੋਹਣੀ ਹੈ, ਵੱਛੀ ਤੇ ਗਾਂ ਦਾ ਰਿਕਾਰਡ ਹੋਦਾ 5 ਤੋਂ 26 ਲੀਟਰ ਜਿਹੜਾ ਕਰੇਗੀ ਇਨਸ਼ਾਅੱਲਾ। ਇਸ ਟਾਈਮ 16-17 ਖਰਮ ਰਿਕਾਰਡ, ਇਸ ਟਾਈਮ 16 ਨਾਰਾ ਹੈ। ਕੱਲ ਸ਼ਾਮ ਨੂੰ ਗਾਂ ਸੂਈ ਹੈ, ਹੁਣ ਇੱਕ ਦਿਹਾੜ ਦੇ ਵਿੱਚ 2 ਚੁਆਈਆਂ ਵਿੱਚ ਗਾਂ 5 ਕਿਲੋ ਨਹੀਂ ਕਰ ਸਕਦੀ ਨਾ। ਕਿੰਨੇ ਦੀ ਹੈ? ਜਿੰਨੀ ਵੀ ਚੰਗੀ ਗਾਂ ਹੋਵੇ। ਬਿਸਮਿਲ੍ਲਾ ਜਾਨੀ ਬਾਈ, ਗਾਂ ਤਿਆਰ ਕਰਕੇ ਤੇ ਅਗਲੀ ਵੀਡੀਓ ਵਿੱਚ ਲਾਈਏ ਤੇ ਗਾਂ ਪੂਰੇ 7 ਲੱਖ ਦੀ। ਠੀਕ ਹੈ। ਅੱਜ ਮੇਰੇ ਜਿਸ ਭਰਾ ਨੂੰ ਚੰਗੀ ਲੱਗੀ 9 ਯੈਸ 6,50,000 ਤੇ ਕਾਂ, 6.5 ਲੱਖ ਰੁਪਏ ਦੀ। ਦੋ ਤੋਂ ਜੀ ਅੱਜ ਦੀ ਡੇਟ ਚ ਪਿੱਛੇ ਵੱਛੀ, ਅੱਜ ਵੀ ਵੇਖੀਏ ਵੱਛੀ ਦੀ ਪ੍ਰਾਈਸ ਟੈਗ ਵੇਖੋ, ਮਾਰਕੀਟ ਵੇਖੋ, ਇਹ ਵੇਖੋ, ਚੋਈ ਚੈੱਕ ਕਰਕੇ ਥੱਲੀ ਕਰਕੇ ਹਾਏ, ਜੇ ਗਾਂ ਪਸੰਦ ਆਵੇ ਅੱਜ ਆਦਾ ਤਾਂ ਫਿਰ ਲੈ ਕੇ ਜਾਓ 6,50,000 ਦੀ। ਇਨਸ਼ਾਅੱਲਾ ਮੌਕੇ ਤੇ ਵੇਖਿਆ ਤੁਹਾਨੂੰ ਜਾਨਵਰ ਛੱਡਣ ਨਹੀਂ ਲੱਗਾ, ਤੁਸੀਂ ਆਖੋਗੇ ਕਿ ਯਾਰ ਜਾਨਵਰ ਲੈ ਜੇ, ਕਿਉਂਕਿ ਸਾਲ ਤੋਂ ਬਾਅਦ ਵੱਛੀ ਵੱਛੀ ਵੀ ਮਾਸ਼ਾਅੱਲਾ ਤੁਹਾਡੀ 2 ਤੋਂ 2.5 ਲੱਖ ਰੁਪਏ ਦੀ ਹੈ। ਚੱਲ ਤਾਂ ਅਗਲੀ ਗਾਏ ਕੀ ਲੋ ਜੀ, ਚੈੱਕ ਕਰੋ ਅਗਲਾ ਜਾਨਵਰ ਆ ਚੁੱਕਿਆ, ਚੋਲਿਸਤਾਨੀ ਕਰਵਾਸ, ਬੜੀ ਪਿਆਰੀ ਚੀਜ਼ ਮਾਸ਼ਾਅੱਲਾ, ਹਰ ਦਿਲ ਅਜ਼ੀਜ਼ ਗਾਂ। ਇੰਝ ਦੇ ਜਾਨਵਰ ਲੋਕ ਮਾਸ਼ਾਅੱਲਾ ਜੀ ਦੀਵਾਨੇ ਹੁੰਦੇ ਨੇ ਇੰਝ ਦੀਆਂ ਚੀਜ਼ਾਂ ਦੇ, ਉਹ ਰੇਟ ਇੰਤਹਾਈ ਮਕੂਲ ਹੋਏਗਾ। ਅਡਰ ਵੇਖੋ ਕੱਟ ਵਾਲਾ, ਇਹ ਸਾਡੋ ਵੇਨਾ, ਪਿੱਛੇ ਵੱਛਾ ਸੂ ਜੀ, ਪਿੱਛੇ ਵੱਛਾ, ਪਿੱਛੇ ਵੱਛਾ, ਆਏ ਸਾਹਿਬ ਚੋਲਿਸਤਾਨੀ, ਚੋਲਿਸਤਾਨੀ ਫੇਰ ਬਾਈ ਨਾਲ ਫਰੀਜ਼ੀਅਨ, 50-50 ਅਜੀ ਵੇਖੇ ਨਾ, ਬਰੀਕ ਜੇਲ ਦੇ ਗਰਮੀ ਰੱਖਣ ਵਾਸਤੇ ਸੋਨਾ, ਕੀ ਹੱਦ ਹੈ, ਇਹ ਗਰਮੀ ਸਰਦੀ ਚੱਲਣ ਵਾਲੀ ਹੈ, ਚੱਲਦੇ ਚੱਲਦੇ ਅੱਗੇ ਚੱਲਦੇ ਗਰਮੀ ਸਰਦੀ ਚੱਲਣ ਵਾਲੀ ਹੈ। ਚਮਕ ਵੇਖੇ ਨਾ ਮਾਸ਼ਾਅੱਲਾ ਦੋਸਤੋ ਜੀ, ਇੱਥੇ ਇੱਕ ਵਾਰੀ ਤੁਸੀਂ ਜਾਨਵਰ ਦੀ ਲੁੱਕ ਵੇਖਣੀ ਹੈ, ਵੇਖੋ ਪੂਰੀ ਚਮਕ ਹੈ, ਨਸਲ ਲੈ ਕੇ ਨਹੀਂ ਆਇਆ ਕਿ ਵੇਖੋ, ਫਿਰ ਪਿੱਛੇ ਨੂੰ ਸਲੋਲੀ ਸਲੋਲੀ ਗਾ ਪੂਰਾ ਨਖਰਾ, ਫਿਰ ਇਹ ਲਿਬਾਸ ਵੇਖੋ, ਅਡਰ ਪੂਰਾ ਕੱਟ ਲਵੇਗਾ, ਕੁਆਲਿਟੀ ਪੂਰੀ ਦੇਣਗੇ ਇਨਸ਼ਾਅੱਲਾ ਤਾਲਾ। ਇਸ ਲਈ ਮੈਂ ਤਾਂ ਮੌਕੇ ਤੇ ਆਓ, ਜਿਵੇਂ ਕਸ਼ਮੀਰ ਤੋਂ ਭਾਈ ਆ ਗਏ ਨਾ, ਯਕੀਨ ਕਰੋ ਤੁਸੀਂ ਵੀ ਆਓਗੇ ਤਾਂ ਖੁਦ ਜਦੋਂ ਜਾਨਵਰ ਤੁਸੀਂ ਵੇਖਣੇ ਨੇ ਸਾਹਮਣੇ ਖਲੋਤੇ, ਤੁਹਾਨੂੰ ਸਮਝ ਆਣੀ ਹੈ ਕਿ ਯਾਰ ਵਾਕਈ ਜਿਹੜੀ ਚੀਜ਼ ਦੱਸਦੇ ਨੇ ਹੁੰਦੀ ਹੈ ਕਿ ਨਹੀਂ ਹੁੰਦੀ। ਕੈਮਰਾ ਮਾਸ਼ਾਅੱਲਾ, ਇਹ ਲਿਬਾਸ ਫਿਰ ਤੋਂ ਦੇਖੋ ਜੀ, ਬਹੁਤ ਖੂਬਸੂਰਤ ਅਡਰ ਮਾਸ਼ਾਅੱਲਾ। ਕਿੰਨੀ ਚੁਆਈ ਆ ਸਰ? ਜਿਸ ਭਾਈ ਦਾ ਦਿਲ ਕਰਿਆ ਕਿ 20 ਕਿਲੋ ਚੁਆਈ ਕਰ ਲਓ, ਪੱਕੀ ਚੁਆਈ, ਪੱਕੀ ਚੁਆਈ, 20 ਲੀਟਰ ਦੀ ਵੱਛੇ ਪਿਆ ਕੇ ਸਾਰੀ ਵੱਛੇ ਨੂੰ ਪਿਲਾ ਕੇ, ਲੋ ਜੀ ਦੋਸਤੋ 20 ਲੀਟਰ ਦੀ ਚੁਆਈ ਵੱਛੇ ਨੂੰ ਪਿਲਾ ਕੇ। ਜਾਨੀ ਬਾਈ, ਗਾਂ ਤਾਂ 6.5 ਲੱਖ ਮੁਖਤਸਰਨ, ਜਿਸ ਭਰਾ ਨੂੰ ਚੰਗੀ ਲੱਗੀ ਨਾ 9 ਯੈਸ 5,85,000 ਦੀ ਗਾਂ। ਦੋਤ ਜੀ ਇਹ ਹੁਣ ਚੀਜ਼ ਸਾਹਮਣੇ ਖਲੋਤੀ ਹੈ, ਰੇਟ ਨਹੀਂ ਮਾਸ਼ਾਅੱਲਾ ਜੀ, ਹਾਜ਼ਰ ਸ਼ਾਹ ਸਾਹਿਬ ਕੋਲ ਖਲੋਤੀ ਹੈ, ਔਰ ਮਕੂਲ ਰੇਟ ਜਿਹੜੀ ਗਾਂ ਦੀ ਬਰੀਡ ਹੈ, ਜਾਨੀ ਬਾਈ ਗਾਂ ਦੁੱਧ 5 ਕਿਲੋ ਕਰਨਾ ਕੋਈ ਮੁਸ਼ਕਿਲ ਮਾਸ਼ਾਅੱਲਾ ਜੀ, ਮਾਸ਼ਾਅੱਲਾ ਬਰੀਡ ਤੇ ਫੋਕਸ ਹੈ 5 ਕਿਲੋ। ਦੋਤ ਜੀ ਅੱਜ ਦੀ ਡੇਟ ਚ 5,85,000 ਰੁਪਏ ਦਾ ਰੇਟ ਲੱਗਾ ਜੀ ਐਸ ਚੋਲਿਸਤਾਨੀ ਕ੍ਰਾਸ ਬਰੀਡ ਦਾ ਵਿਦ ਫਰੀਜ਼ੀਅਨ, ਬੜੀ ਪਿਆਰੀ ਚਮਕ, ਬੜੀ ਪਿਆਰੀ ਨਸਲ, ਤੇ ਯਕੀਨ ਕਰੋ ਇਹਦੇ ਮਾਰਕੀਟ ਹੈ ਜਾਨਵਰ ਕਿਸ ਹਿਸਾਬ ਦੀ, ਤੁਹਾਨੂੰ ਵੀ ਪਤਾ, ਦੋ ਦੀ ਜਾਤ ਇੱਕ ਰੱਖਣ ਦੀ ਕੋਸ਼ਿਸ਼ ਕਰੋ, ਚੰਗੇ ਰੱਖੋ, ਚੱਲ ਤੇ ਅਗਲੀ ਬਰੀਡ ਕਿਧਰ। ਲੋ ਜੀ ਦੋਸਤੋ, ਪਿਓਰਟੀ ਦੇ ਸ਼ਕੀਨ, ਪਿਓਰ ਆਸਟ੍ਰੇਲੀਅਨ ਮਾਸ਼ਾਅੱਲਾ ਜੀ, ਬਰਾ ਆਖਦੇ ਨੇ ਨਾ ਕਿ ਡੱਬਾ ਬੜਾ ਕਲਰ ਹੀ, ਰੰਗ ਨੀ ਡੱਬੇ ਬਾਰੇ ਵੇਖਣੇ ਹੁੰਦੇ ਬਰੀਡਾਂ ਦੇ, ਇਹ ਹੁਣ ਡੱਬਾ ਬੜਾ ਰੰਗ, ਥੋੜੇ ਪਿਓਰ ਡੱਬਾ ਬੜਾ ਰੰਗ ਇਹਨੂੰ ਆਖੀਦਾ, ਫਿਰ ਆਸਟ੍ਰੇਲੀਅਨ ਪੂਰੀ ਤੋਂ ਲੱਗ ਕੇ ਅਗਰ ਮੈਂ ਇੱਥੋਂ ਹੌਲੀ ਜਿਹਾ ਥੱਲੇ ਆਵਾਂਗਾ ਤਾਂ ਤੁਹਾਨੂੰ ਲਿਬਾਸ ਨਜ਼ਾਰੇ ਦਿਵਾਵੇਗਾ, ਚੈੱਕ ਕਰੋ। ਜੇ ਤਾਂ ਦਿਲ 'ਚ ਖੁਸ਼ੀ ਹੋਵੇ ਤਾਂ ਇਹ ਥਣ ਵੇਖੋ, ਇੱਕ ਇੱਕ ਗੋਠ 'ਤੇ ਲੱਗੇ ਆ, ਦੋਵੇਂ ਗੋਡਿਆਂ ਨਾਲ ਟੱਚ ਹੋ ਰਿਹਾ, ਇਹ ਹੁੰਦਾ ਜੇ ਅਸਲ ਅਦਰ, ਪਿੱਛੇ ਫੇਰ ਕੇ ਲਿਆਉਣ, ਸੋਹਣੀ ਸੋਹਣੀ, ਬੜੇ ਪਿਆਰ ਨਾਲ ਚੱਲ। ਹਾਂਜੀ ਸਾਹਿਬ ਜੀ, ਜਨਾਬ ਆਸਟ੍ਰੇਲੀਅਨ ਜੀ, ਇਨਸ਼ਾਅੱਲਾ ਮਜ਼ਾ ਆਇਆ ਵੇਖ ਕੇ ਯਾਰ, ਇਹ ਚੁਆਈ ਹੋਵੇ ਹੱਥ ਦੀ ਜੀ, ਬਿਲਕੁਲ ਐਨ ਮੱਝਾਂ ਆ ਥਣ ਪਾਵਰ ਵਾਲਾ ਗੁੱਲਾ ਹੋਵੇ, ਥੋੜਾ ਜਿਹਾ ਕ੍ਰਾਸ ਹੈ ਨਾ, ਹਲਕਾ ਜਿਹਾ ਉਹ ਜ਼ਰੂਰੀ ਵੀ ਹੈ ਜੀ ਸਾਹਿਬ, ਮੌਸਮ ਨਾਲ ਚੱਲਣ ਲਈ ਜੀ। ਇਸ ਕ੍ਰਾਸ ਦੀ ਇਹ ਖੂਬੀ ਹੈ ਕਿ ਜਾਨਵਰ ਜਿਹੜਾ ਆਪਣੀ ਜਸਾਮਤ ਪੂਰੀ ਰੱਖਦਾ ਹੈ, ਦੁੱਧ ਦੀ ਕੈਪੈਸਿਟੀ ਪੂਰੀ ਦਿੰਦਾ ਹੈ,
ਗਾਂ ਦੀ ਬਾਡੀ ਜਿਹੜੀ ਉਹ ਬਹੁਤ ਅੱਛੀ ਰਹਿੰਦੀ ਹੈ, ਅੱਛੀ ਕੁਆਲਿਟੀ 10% ਦੇ ਨਾਲ, ਮਤਲਬ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਸਿਰਫ ਗਾਂ ਗਰਮੀ ਨਹੀਂ ਕਰਦੀ, ਗਾਂ ਨੂੰ ਕੋਈ ਇਸ਼ੂ ਨਹੀਂ ਬਣਦਾ। ਬੱਚਾ ਕੀ ਸੂ? ਬੱਚਾ 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 ਇਹਦੇ ਕੋਲ ਹਾਜ਼ਰ ਚੁਆਈ ਕਿੰਨੀ ਹੈ? ਹਾਜ਼ਰ ਚੁਆਈ ਜਿਸ ਭਾਈ ਦਾ ਦਿਲ ਕਰਿਆ ਕਿ 26 ਤੋਂ 27 ਕਿਲੋ ਦੀ ਚੁਆਈ ਕਰ ਲਓ, 26 ਤੋਂ 27 ਲੀਟਰ ਜੀ, ਲੀਟਰ ਦੀ ਮੌਕੇ ਦੀ ਚੁਆਈ ਜੀ, 3 ਟਾਈਮ ਦੇ ਮਿਲਕੇ, ਵਾਹ ਜੀ ਵਾਹ, ਮਾਸ਼ਾਅੱਲਾ, 26 ਤੋਂ 27 ਲੀਟਰ ਮੌਕੇ ਦੀ ਚੁਆਈ ਹੈ ਔਰ ਪੂਰੀ ਬਰੀਡ ਤੇ ਬਲੱਡ ਲਾਈਨ ਚੈੱਕ ਆਊਟ ਕਰੋ, ਮਾਸ਼ਾਅੱਲਾ। ਗਾਂ ਕਿੰਨੇ ਲੀਟਰ ਵਾਲੀ ਹੈ? ਅਗਰ ਜਿਹੜਾ ਗਾਂ ਦਾ ਅਡਰ ਹੈ ਨਾ, ਅਡਰ ਦੀ ਪੋਜੀਸ਼ਨ ਵੇਖ ਕੇ ਤੇ ਗਾਂ ਦੀ ਬਰੀਡ ਵੇਖ ਕੇ, ਹਾਂ, ਮੈਂ ਭਾਈਆਂ ਦੱਸਾਂ ਨਾ, ਮਦਦ 35 ਕਿਲੋ ਹੋਵੇ ਤੇ ਭਾਈਆਂ ਫਿਰ ਵੀ ਇਤਮਾਦ ਕਰਨਾ ਕਰਨਾ। ਗਾਂ ਸੂਈ ਹੈ ਕੱਲ ਰਾਤ ਦੇ 3 ਵਜੇ, ਕੱਲ ਰਾਤ ਨੂੰ, ਅੱਜ ਰਾਤ ਨੂੰ ਨਹੀਂ, ਠੀਕ ਹੈ, ਕੱਲ ਰਾਤ ਨੂੰ, ਜਿਹੜੀਆਂ 2 ਰਾਤਾਂ ਹੋ ਗਈਆਂ ਨਾ, ਮਤਲਬ ਅੱਜ ਇੱਕ ਰਾਤ ਗੁਜ਼ਰ ਗਈ ਹੈ, 2 ਰਾਤਾਂ ਹੋ ਗਈਆਂ, ਠੀਕ ਹੈ ਠੀਕ ਹੈ, 4 ਚੁਆਈਆਂ 5 ਚੁਆਈਆਂ ਹੋ ਚੁੱਕੀਆਂ ਗਾਂ ਦੀਆਂ ਇਸ ਵਕਤ, 24 ਘੰਟੇ ਦਾ 3 ਟਾਈਮ ਚੁਆਈ ਦਾ, 26 ਤੋਂ 27 ਕਿਲੋ ਚੁਆਈ ਕਰਾ ਕੇ ਦੇਵਾਂਗੇ। ਅੱਛਾ ਠੀਕ ਹੈ, ਜੋੜਾ ਕਰਨਾ ਨਹੀਂ, ਇੱਕ ਕੱਲੀ ਕੱਲੀ ਲਾਣੀ ਹੈ, ਜਾਨੀ ਜੀ ਕੱਲੀ ਕੱਲੀ, ਗਾਂ ਦਾ ਰਿਕਾਰਡ ਜਿਹੜਾ ਹੈ ਕਨਫਰਮ ਹੈ ਅੱਲਾ ਦੇ ਹੁਕਮ ਨਾਲ, 35 ਤੋਂ 36 ਲੀਟਰ ਗਾਂ ਦੁੱਧ ਕਰੇ ਦੀ, ਸਹੀ ਮਨ ਦੱਸੀਏ ਤੇ ਤਾਂ ਵੀ ਭਾਈਆਂ ਫੋਕਸ ਕਰਨਾ ਹੈ, ਮਨਾਂਦੀਏ, ਲੇਕਿਨ 35 ਕਿਲੋ ਕਰੇ ਤੇ ਫਿਰ ਵੀ ਸ਼ੁਕਰ ਅਲਹਮਦੁਲਿਲਾ, ਬਿਸਮਿਲਲਾ ਕਰੋ। ਪਿੱਛੇ ਸਹਿਣ ਫਿਰ ਦਾਣਾ ਕਿੰਨੇ ਦਾ ਜੇ ਸਿੰਗਲ ਲਾਣੀ ਹੈ ਤੇ? ਮੁਖਤਸਰ ਰੇਟ ਹੋਵੇ, ਸੋਹਣੀ ਗੱਲ ਕਰਨੀ ਹੈ, ਸਮਝ ਆਉਣ ਵਾਲੀ, ਸਮਝ ਆਉਣ ਵਾਲੀ, ਆ ਪੜੋ ਬਿਸਮਿਲਲਾ। 7,75,000 ਦੁੱਧ ਜੀ, ਯੈਸ ਔਰ ਨੋ ਦੇ ਉੱਤੇ ਪ੍ਰਾਈਸ ਜੇ 7,75,000 ਰੁਪਇਆ ਹਾਜੀ ਅਰਸ਼ ਸਾਹਿਬ ਨੇ ਡਿਮਾਂਡ ਲਾਈ ਹੈ, ਮੁਹੱਬਤਾਂ ਪਿਆਰ ਇਨਸ਼ਾਅੱਲਾ ਤਾਲੇ ਪਹਿਲੇ ਕਾਲਰ ਨੂੰ ਫੋਨ ਦੇ ਉੱਤੇ ਹੋ ਜਾਸੀ, ਪਰ ਮਾਸ਼ਾਅੱਲਾ ਵੇਖੋ ਜਿਹੜੀ ਹੈ ਨਾ, ਜਿਹੜਾ ਗਾਂ ਦਾ ਅਡਰ ਹੈ, ਜਿਹੜੀ ਗਾਂ ਦੀ ਪੋਜੀਸ਼ਨ ਹੈ, ਗਾਂ 10 ਲੱਖ ਵਾਲੀ ਹੈ, ਲੇਕਿਨ ਇਹ ਨਹੀਂ ਹੈ ਬਹਿ ਕਿ 2 ਚੰਗੀਆਂ ਆ ਗਈਆਂ ਤੇ ਰੇਟ ਵਧਾ ਲੈਣਾ ਹੈ, ਵਧਾ ਲੈਣਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਅੱਲਾਹ ਪਾਕ ਰਿਜ਼ਕ ਦੇਣਾ ਜੋ ਨਸੀਬਾਂ, ਇਸ ਲਈ ਆਇਆ ਤਾਂ ਮੈਂ ਇੱਕ ਵਾਰੀ ਮਾਸ਼ਾਅੱਲਾ ਜੀ ਵਿਜ਼ਿਟ ਕਰੋ, ਗਾਂ ਮੇਰੀ 10 ਲੱਖ ਦੀ ਹੈ, 7 ਲੱਖ, 7,75,000 ਫੁੱਲੀ ਫਾਈਨਲ ਦੋਸਤੋ, ਚਲਤੇ ਅਗਲੀ ਬਰੀਡ ਕੀ ਲੋ ਜੀ, ਚੈੱਕ ਕਰੋ ਜੀ, ਮਾਸ਼ਾਅੱਲਾ ਜੀ, ਹਾਈ ਸਾਹਿਬ ਦੀ ਗੱਲ ਤੁਸੀਂ ਸੁਣ ਲਈ ਹੋਣੀ ਹੈ, ਪਿਓਰ ਇੰਪੋਰਟਡ ਪਿੱਛੇ ਬੱਚੀ ਸੈਕਸੀ ਮੰਦੀ, ਬੜੇ ਪਿਆਰ ਦੇ ਨਾਲ ਤੋੜ ਕੇ ਐਨ ਮੁਹੱਬਤ ਦੇ ਨਾਲ ਜਾਨਵਰ ਨੂੰ ਵਿਖਾ, ਚੈੱਕ ਕਰੋ ਜੀ ਇੱਕ ਵਾਰੀ ਸਟ੍ਰੇਟ ਹੱਡੀ, ਹਾਈ ਸਾਹਿਬ ਦੁਨੀ ਕੋਈ ਭਾਈ, ਜਿਹੜੇ ਮੇਰੇ ਭਰਾ ਇਹਨਾਂ ਚ ਬਾਹਰੋਂ ਇੰਪੋਰਟ ਕਰਾਣੀਆਂ ਨੇ, ਅਗਰ ਇਹ ਵਾਜੀ ਗਾਂ ਇਸ ਵਕਤ ਪਾਕਿਸਤਾਨ ਦੇ ਵਿੱਚ ਬੰਦਾ ਮੰਗਾਵੇ ਨਾ, ਬਾਹਰੋਂ ਇੰਪੋਰਟ ਕਰਾਵੇ, ਹਾਂ, ਤੇ ਪਤਾ ਫਿਰ ਲੱਗਦਾ ਬਈ ਗਾਂ ਦੀ ਕੀ ਕੀਮਤ ਹੈ ਜਾਂ ਕਿਤਨੇ ਡਾਲਰ ਲੱਗਦੇ ਨੇ। ਹਾਂਜੀ, ਇਹ ਆਰਡਰ ਸ਼ੌਕੀਨ ਹੋ ਗਏ ਨਾ ਆਰਡਰਾਂ ਦਾ, ਇੱਕ ਮਿੰਟ ਜਾਨੀ ਭਾਈ, ਅੱਗੇ ਵੀ ਜਿਹੜਾ ਸ਼ੌਕ ਕਰਾਉਂਦੇ ਆ ਉਹ ਇੰਪੋਰਟਰ ਦੇ ਮੁਕਾਬਲੇ ਤੇ ਕਰਾਉਂਦੇ ਆ, ਕੋਈ ਸ਼ੱਕ ਨਹੀਂ, ਇੰਨੀ ਗੱਲ ਲੋਣਾ ਵੇਖੋ, ਲੇਕਿਨ ਇਹ ਵੇਖੇ ਗਾਂ ਦੀ ਮਾਸ਼ਾਅੱਲਾ ਇਹ ਬਾਡੀ ਖਲਾਰੀ ਖਲਾਰੀ ਤੇ ਖਲਾਰੀ, ਇਹ ਦੀ ਨਿਸ਼ਾਨੀ ਜਿਹੜੀ ਹੈ ਨਾ, ਥੋੜੀ ਜਿਹੀ ਚੋਲਿਸਤਾਨੀ ਦਾ ਕ੍ਰਾਸ, ਉਹ ਹਲਕਾ ਜਿਹਾ ਇਹ ਜਿਹੜੀ ਇਹ ਦੁੰਮ ਦੀ ਜਿਹੜੀ ਹੱਡੀ ਹੈ ਨਾ, ਇਹ ਨਹੀਂ ਮਤਲਬ ਇਹ ਜਿਹੜਾ ਬਰਾਬਰ ਉੱਤੇ ਗੋਡਿਆਂ ਦੇ ਬਰਾਬਰ ਚਾਰੇ ਗੁੱਲੇ ਤੇ ਅਡਰ, ਮੇਰੇ ਖਿਆਲ ਚ ਜਿਹੜੀ ਪਿਛਲੀ ਵੀਡੀਓ ਚ ਅਮਰੀਕਨ ਲਾਈ ਉਹ ਤੋਂ ਬਾਅਦ ਅੱਜ ਸਾਹਿਬ ਤਾਂ ਸ਼ੌਕ ਹੋ ਗਿਆ, ਵੀ ਸ਼ੌਕ ਵੀ ਹੋ ਗਿਆ ਤੇ ਭਰਾਵਾਂ ਦੀ ਡਿਮਾਂਡ ਵੀ ਆਈ, ਡਿਮਾਂਡ ਵੀ ਆਈ, ਸਾਨੂੰ ਅਮਰੀਕਨ ਤੋਂ ਬਾਅਦ ਗਾਂ ਚਾਹੀਦੀ ਹੈ, ਵਾਹ ਜੀ ਵਾਹ, ਮਾਸ਼ਾਅੱਲਾ, ਸਾਰੇ ਥਣ ਵਿਖਾਣੇ ਜੀ, ਮੈਂ ਇੱਕ ਇੱਕ ਕਰਕੇ ਵੇਖੋ, ਸਾਡਾ ਮਕਸਦ ਜ਼ਰੂਰ ਜਾਨਵਰ ਵਿਖਾਉਣਾ, ਲੇਕਿਨ ਕੋਸ਼ਿਸ਼ ਕਰਦੇ ਆ ਪੂਰਾ ਜਾਨਵਰ ਵਿਖਾਈਆ, ਵੇਖੋ ਬੱਚੀ ਫਿਰ ਇਹ ਥਣ ਚਾਰੇ ਬਰਾਬਰ, ਯਾਰ ਤੁਸੀਂ ਆਖੋ ਬਸ ਘਰ ਬਹਿ ਕੇ ਵੀ ਜਾਨਵਰ ਪੂਰਾ ਪਰਖ ਲਿਆ, ਪੜ ਲਿਆ, ਫਿਰ ਸਾਡਾ ਮਕਸਦ ਹੱਲ ਹੁੰਦਾ ਹੈ। ਹਾਈ ਸਾਹਿਬ, ਹਾਜ਼ਰ ਚੁਆਈ ਕਿੰਨੀ ਹੈ? ਹਾਜ਼ਰ ਚੁਆਈ ਜਿਸ ਭਾਈ ਦਾ ਦਿਲ ਕਰਿਆ ਕਿ 28 ਲੀਟਰ ਦੀ ਕਰ ਲਓ, ਇਸ ਟਾਈਮ ਮੌਕੇ ਤੇ, ਇਸ ਟਾਈਮ ਮੌਕੇ ਤੇ 28 ਲੀਟਰ ਦੀ ਚੁਆਈ ਜਿਸ ਭਰਾ ਦਾ ਦਿਲ ਕਰੇ ਮਾਸ਼ਾਅੱਲਾ ਟੋਕਨ ਕਰਕੇ ਆ ਜਾਵੇ, ਮਾਸ਼ਾਅੱਲਾ, ਭਾਈਆਂ ਨੇ ਰੈਸ਼ ਬਣਾਈ ਹੈ, ਮਾਸ਼ਾਅੱਲਾ ਸਹੂਲਤ ਪੂਰੀ ਬਣਾਈ ਹੈ, ਆ ਬੇਸ਼ੱਕ ਆ ਜੀ, ਇਜ਼ੀ ਹੋ ਕੇ ਚੁਆਈ ਕਰ, ਜਿਸ ਦਾ ਦਿਲ ਕਰਿਆ ਕਿ ਇਜ਼ੀ ਹੋ ਕੇ ਆ ਕੇ ਚੁਆਈ ਕਰ ਲਵੇ ਕਿ 28 ਕਿਲੋ ਤੋਂ ਗਾਂ ਦੁੱਧ ਬੋਲਾ ਘੱਟ ਕਰੇ ਤੇ ਭਾਈਆਂ ਦਾ ਖਰਚਾ ਆਣ ਜਾਂਦਾ ਮੈਂ ਦੇਣਾ, ਦਾਣਾ ਕਿੰਨੇ ਦਾ ਜੀ? ਦਾਣਾ 10 ਲੱਖ ਰੁਪਏ, ਨਹੀਂ ਦੇਣੀ ਕਿੰਨੇ? ਨਹੀਂ 10 ਲੱਖ ਦੀ, ਬਿਸਮਿਲਲਾ, ਜਾਨੀ ਭਾਈ ਗਾਂ 10 ਲੱਖ ਦੀ, ਖਲਾਰ ਖਲਾਰੇ ਤੇ ਵੇਖ ਲੂਰੇ ਪੂਰੇ 10 ਲੱਖ, ਯਾਰ ਹੈ ਤੇਰੀ 10 ਲੱਖ ਦੀ ਜੀ, ਅੱਜ ਬ੍ਰਾਹਮਣ ਲਈ ਕਿੰਨੇ ਦੀ? ਤੇਰੀ 10 ਲੱਖ ਦੀ, ਪਿਆਰ ਨਾਲ, ਪਿਆਰ ਨਾਲ 8.5 ਲੱਖ ਦੀ ਗਾਂ ਦੇ, ਦੋ ਤੋਂ ਜੀ 8 ਲੱਖ ਤੇ 50,000 ਦਾ ਮਸ਼ਾਅੱਲਾ ਜੀ ਜਾਨਵਰ ਜੇ ਆ ਵੇਖੋ ਕਿਹੜੀ ਫਿਰਨੀਆਂ, ਜਾਨਵਰ ਦਾ ਪੂਰਾ ਪੁੱਠਾ ਬੋਡੀ ਸਟਰਕਚਰ, ਲੰਬਾਈ ਚੁੜਾਈ ਭਾਈਆਂ ਫੋਕਸ ਕਰਨਾ ਹੈ ਔਰ ਇਹਦੀ ਹਾਈਟ ਤੇ ਫੋਕਸ ਕਰਨਾ ਹੈ,
ਐਵੇਂ ਨਹੀਂ ਲੋਕ ਆਖਦੇ ਮਾਸ਼ਾ ਜੀ ਹੱਕ ਭਾਉ ਡੇਰੀ ਤੇ ਜਾਣਾ ਮਾਸ਼ਾ ਜੀ ਇੱਥੇ ਬਰੀਡਾਂ ਤੇ ਮਿਆਰ ਮਿਲਦੇ ਨੇ ਇਹ ਅਡਰਾਂ ਦੇ ਹੁਣ ਲੋਕ ਦੀਵਾਨੇ ਹੋ ਗਏ ਨੇ ਮਾਸ਼ਾ ਜੀ ਬਰਾਬਰ ਅਡਰ ਹੋਣੇ ਚਾਰੇ ਖਿਲੇ ਸੋਹਣੇ ਬਰਾਬਰ ਹੋਣੇ ਫਿਰ ਪਿੱਛੇ ਐ ਸੈਕ ਸਿਮਨ ਦੀਆਂ ਬੱਚੀਆਂ ਆਉਣੀਆਂ ਚੱਲ ਤੇ ਅਗਲੀ ਬਰੀਡ ਲੋ ਜੀ ਚੈੱਕ ਕਰੋ ਕ੍ਰਾਸ ਚ ਵਿਸ਼ੈਨ ਸ਼ਾਹ ਹਾਂਜੀ ਐਵੇਂ ਨਹੀਂ ਗੱਲ ਕਰਦਾ ਮਾਸ਼ਾ ਅੱਲਾ ਬਰੀਡ ਤੇ ਮਿਆਰ ਤੇ ਫੋਕਸ ਕਰਦਾ ਐਵੇਂ ਨਹੀਂ ਗੱਲਾਂ ਅੱਜ ਕਰਦਾ ਫਿਰ ਬੱਚਾ ਵਿਖਾ ਕੇ ਬੱਚੇ ਹੀ ਬੂਥੀ ਵਿਖਾ ਗਾਂ ਦੀ ਆਏ ਹਾਏ ਹਾਏ ਮਾਸ਼ਾ ਅੱਲਾ ਤੁਸੀਂ ਗੁੱਲਾ ਚੈੱਕ ਕਰਨਾ ਇੱਕ ਵਾਰੀ ਫੇਸ ਵੇਖਣਾ ਫੇਸ ਉਰੇ ਵਿਖਾ ਕਰਕੇ ਬੁੱਥੀ ਉਰੇ ਕਾਲੇ ਮੇਰੀ ਗਾਂ ਦੀ ਲੋ ਤੁਸੀਂ ਆਹ ਫੇਸ ਕੁਆਲਿਟੀ ਇਹ ਮਾਸ਼ਲ ਜੀ ਪਾਵਰ ਵਾਲੇ ਚਾਰੇ ਗੁੱਲੇ ਇਹ ਗਾਂ ਦੀ ਬੈਕ ਸਾਈਡ ਵਾਹ ਔਰ ਇਹ ਜੀ ਸਭ ਨਾਲ ਖਲੋਤੇ ਔਰ ਯੰਗ ਬਰੀਡ ਦੂਜਾ ਤੇ ਹੈ ਨਾ ਦੂਜਾ ਵਾਰਾ ਦੋ ਤੇ ਜੀ ਮੂੰਹ ਚ ਛੇ ਦੰਦ ਵਾਰਾ ਦੂਜਾ ਕੱਦ ਬਹੁਤ ਹਾਈਟ ਤੁਹਾਡੇ ਸਾਹਮਣੇ ਇੱਕ ਵਾਰੀ ਨਾ ਕੈਮਰਾ ਨੂੰ ਲੈ ਆਵੇਂ ਅੱਜ ਅਦਾ ਇੱਕ ਵਾਰੀ ਸ਼ੌਕ ਕਰਾਈ ਇੱਕ ਵਾਰੀ ਮੈਨੂੰ ਬੜਾ ਸ਼ੌਕ ਹੈ ਕਿ ਅੰਜ ਦੇ ਅਡਰ ਵਾਲੀ ਗਾਂ ਲੱਭੇ ਜਿਸ ਭਰਾ ਨੇ ਸ਼ੀਸ਼ੇ ਦਾ ਗਲਾਸ ਹਾਜੀ ਸਾਹਿਬ ਨੂੰ ਰਿਕੁਐਸਟ ਪਾਈ ਕੋਈ ਬਾਲਟੀ ਮੇਰੇ ਪੁੱਤਰ ਵਿਖਾ ਦੇ ਹਾਜੀ ਸਾਹਿਬ ਦੋ ਦਾਰਾਂ ਵਿਖਾ ਦਿਓ ਤਰੀ ਲੋ ਜੀ ਜਾਨੀ ਬਾਈ ਚੋਕੜੇ ਕਲੀਅਰ ਕਰ ਦਿਓ ਮਾਸ਼ਾ ਮਾਸ਼ਾ ਹਾਈ ਸਾਹਿਬ ਗੱਲ ਪਿਆਰ ਦੀ ਹੋਵੇ ਕਿੰਨੀ ਚੁਆਈ ਹਾਜ਼ਰ ਮੌਕੇ ਤੇ ਇਸ ਟਾਈਮ ਜਾਨੀ ਬਾਈ ਹਾਜ਼ਰ ਮੌਕੇ ਤੇ 30 ਕਿਲੋ ਚੁਆਈ ਪੂਰੀ ਕਰਾ ਕੇ ਪੂਰੀ 30 ਕਿਲੋ ਦੀ ਚੁਆਈ ਕਰਾ ਦੋ ਤੇ ਜੀ 3 ਲੀਟਰ ਹਾਜ਼ਰ ਮੌਕੇ ਚੁਆ ਕੇ ਹੁਸੈਨ ਬੱਚਾ ਚੌਕੇ ਇੱਕ ਵਾਰੀ 3 ਲੀਟਰ ਚੁਆ ਗਏ ਇਸ ਟਾਈਮ ਮੌਕੇ ਤੇ ਹਾਜੀ ਸਾਹਿਬਾਂ ਦੇ ਨੇ ਸਕਰਾਸ ਗਾਂ ਦੇ ਕੋਲੋਂ ਤੇ ਦੋ ਗਾਵਾਂ ਰੱਖਣ ਦੀ ਲੋੜ ਨਹੀਂ ਇਨਸ਼ਾਅੱਲਾ ਤਾਲ ਇੱਕ ਗਾਂ ਦੋ ਦਾ ਮੁਕਾਬਲਾ ਕਰੇਗੀ ਰਿਕਾਰਡ ਤੇ ਸੰਚਾਲੀ ਕਲਾਸ ਤੇ ਹਾਏ 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 ਹਾਜੀ ਮੇਰੀ ਗੱਲ ਤੇ ਨਹੀਂ ਭਾਈਆਂ ਫੋਕਸ ਕਰਨਾ ਗਾਂ ਵੇਖ ਕੇ ਫੋਕਸ ਕਰੋ ਜੀ ਕਹਿੰਦੇ ਨੇ ਕਿ ਸ਼ੀਸ਼ੇ ਦੇ ਗਲਾਸ ਚ ਦੁੱਧ ਪਾਣੀ ਪਿਲਾਓ ਤੇ ਦੁੱਧ ਪਿਓਣੇ ਵਾਲੀ ਆ ਜਾਈ ਸਾਹਿਬ ਠੀਕ ਹੈ ਤੁਹਾਡੀ ਗੱਲ ਹੈ ਸ਼ੀਸ਼ੇ ਦੇ ਗਲਾਸ ਚ ਦੁੱਧ ਪਿਲਾਓ ਇਹਨੂੰ ਅੱਜ ਬਾਹਰ ਇੱਕ ਵਾਰੀ ਗਾਂ ਅੱਜ ਕਿੰਨੇ ਦੀ ਦਾਣਾ ਗਾਵਾਂ ਵੱਡੀਆਂ ਨੇ ਸੋਹਣੀ ਜੀ ਗੱਲ ਸੁਣਾਈ ਜਿਹੜੀ ਸਮਝ ਆ ਜਾਨੀ ਬਾਈ ਗਾਂ ਤੇ ਮੇਰੀ ਇਹ ਪੂਰੇ 12 ਲੱਖ ਦੀ ਅੱਛਾ ਜਿਸ ਭਰਾ ਨੇ ਚੰਗੀ ਲੱਗੀ ਨਾ ਯੈਸ ਨੋ 9.5 ਲੱਖ ਤੇ ਗਾਂ ਦੇ ਦੇ 9.5 ਲੱਖ ਦੀ 9 ਲੱਖ ਦੋ ਤੋ ਜੀ ਅਜੇ ਸੇ ਸਾਹਿਬ ਕੋਲ 9.5 ਲੱਖ ਰੁਪਏ ਦੀ ਮਾਸ਼ਾ ਜੀ ਮਨ ਮਨ ਦੁੱਧ ਕਰਨ ਵਾਲੀਆਂ ਬਰੀਡਾਂ ਅੱਜ ਦਸਤੀਆਬ ਨੇ ਉਹ ਰੇਟ ਛੁਪਾਣੇ ਨਹੀਂ ਗਾਂ 12 ਲੱਖ ਦੀ ਏ ਭਾਈਆਂ ਨੂੰ ਪਤਾ ਚੱਲੇ ਚੰਗੀ ਗਾਂ ਦਾ ਕੀ ਰੇਟ ਹੈ ਜਾਂ ਕਿਵੇਂ ਗਾਵਾਂ ਸੇਲ ਮੈਂ ਵੇਖਾਂਗਾ ਮਾਸ਼ ਲੱਗੇ ਆ ਰਹੀ ਹੈ ਸ਼ਹਿਨਸ਼ਾਹ ਗਾਵਾਂ ਦੀ ਉਹਦਾ ਰੇਟ ਲੱਗਦਾ ਕਿ ਨਹੀਂ ਲੱਗਦਾ ਉਹ ਖਲੋਤੀ ਹੈ ਦੋ ਤੇ ਜੀ ਪੂਰੀ ਵੀਡੀਓ ਸਕੂਨ ਦੇ ਨਾਲ ਵੇਖਿਓ ਲੈ ਦਾਣੇ ਬੜੇ ਬੜੇ ਆਣੇ ਨੇ ਚਲਤੇ ਅਗਲੀ ਬਰੀਡ ਕੀ ਲੋ ਜੀ ਦੋਸਤੋ ਇੰਤਜ਼ਾਰ ਦੀਆਂ ਗੜੀਆਂ ਹੋ ਗਈਆਂ ਨੇ ਖਤਮ ਮੇਰੇ ਉਹ ਦੋਸਤ ਭਰਾ ਜਿਹੜੇ ਮਾਸ਼ਾ ਜੀ ਸਨ ਸ਼ੌਕੀਨ ਆਖਦੇ ਸਨ ਜਾਨੀ ਬਾਈ ਸ਼ੌਕ ਕਰਾਓ ਚੰਗੀ ਕਿਸੇ ਵੈੜ ਦਾ ਲੋਕ ਦੱਸਦੇ ਰਹਿੰਦੇ ਨੇ ਗਰਲੈਂਡੋ ਲਿਆਉਂਦੇ ਰਹਿੰਦੇ ਨੇ ਅੱਧੇ ਨੇ ਜਰਸੀ ਸਵੀਡਿਸ਼ ਪਰ ਨਹੀਂ ਅੱਜ ਮੈਂ ਤੁਹਾਨੂੰ ਖੁੱਲਾ ਆਪਸ਼ਨ ਦੇਣਾ ਇੱਕ ਵਾਰੀ ਨੈਟ ਨੂੰ ਸਰਚ ਕਰਨਾ ਹਾਈ ਸਾਹਿਬ ਬ੍ਰਾਹਮਣ ਦੱਸੋ ਕਿ ਨੈਟ ਨੂੰ ਸਰਚ ਕਰਕੇ ਮੇਰੀ ਗਾਂ ਵੇਖਣੀ ਹੈ
ਪਹਿਲੇ ਤੁਹਾਨੂੰ ਮੈਂ ਇੱਕ ਚੀਜ਼ ਵਿਖਾਣੀ ਹੈ ਜਿਹੜੀ ਓਰੀਜਨਲ ਚ ਇਹ ਤਖਲਾ ਰਹੀ ਯਾਰ। ਅੱਛਾ ਜਾਲਰ ਵੇਖਣੀ ਤੁਸੀਂ? ਨਹੀਂ ਭਾਈ ਇਹ ਜਾਲਰ ਜੀ ਇੱਕ ਮਿੰਟ ਹਾਜੀ ਸਾਹਿਬ ਜਾਲਰ ਤੋਂ ਲੈ ਕੇ ਨਾ ਦੁਨੀ ਵੇਖੋ ਥਣ ਖਿਲੇ ਵੇਖੋ ਲੈਗ ਸਕੋਰ ਵੇਖੋ ਜਿਹੜਾ ਗਰਲੈਂਡੋ ਦਾ ਫਿਰ ਇਹ ਸਬਾਬ ਦਰਖ ਵੇਖਣੇ ਨੇ ਤੁਸੀਂ ਚੁੜਾਈ ਹੈ ਪੂਰੀ ਅਡਰ ਚ ਇੱਥੇ ਤੱਕ ਓਹੋ ਹੋ ਹਾਜੀ ਸਾਹਿਬ ਤੇ ਜਾਨੀ ਭਾਈ ਜਿਸ ਭਰਾ ਦਾ ਦਿਲ ਕਰੇ ਖਲਾਰ ਖਲਾਰ ਇੱਥੇ ਗਾਂ ਦਾ ਬਲੱਡ ਟੈਸਟ ਕਰਾ ਲਵੇ ਵੱਧ ਤੇਰੀ ਖੈਰ ਬਲੱਡ ਲੈ ਕੇ ਟੈਸਟ ਕਰਾ ਕੇ ਲੈਬੋਰੇਟਰੀ ਵਿੱਚ ਅੱਛਾ ਕਿ ਗਾਂ ਦੇ ਵਿੱਚ ਜਿਹੜਾ ਕਰਾਸ ਤੋਂ ਦੱਸਿਆ ਭਾਈਆਂ ਨੇ ਇਸ ਕਰਾਸ ਦਾ ਬਲੱਡ ਹੋਇਆ ਔਰ 50 ਲੀਟਰ ਦਾ ਰਿਕਾਰਡ ਗਾਂ ਕਾਇਮ ਕਰੇ ਵਾਹ ਜੀ ਵਾਹ 50 ਲੀਟਰ ਦਾ 40-45 ਨਹੀਂ 50 ਲੀਟਰ 50 ਲੀਟਰ ਦਾ ਗਾਂ ਰਿਕਾਰਡ ਕਾਇਮ ਕਰੇ ਉਸ ਬਾਈਕ ਨੂੰ ਟੋਕਨ ਲੈ ਸੰਗਾ ਗੱਲਾਂ ਨਾਲ ਨਹੀਂ ਟੋਕਨ ਲੈਣਾ ਓ ਮਾਸ਼ਾਅੱਲਾ ਜੀ ਪੂਰੇ 50 ਲੀਟਰ ਦਾ ਰਿਕਾਰਡ ਦੇ ਕੇ ਗਾਂ ਸੇਲ ਕਰਨੀ ਦੋਤਾ ਜੀ ਹਾਜੀ ਸਾਹਿਬ ਨੇ ਗੱਲ ਕੀਤੀ ਹੈ 50 ਲੀਟਰ ਦਾ ਰਿਕਾਰਡ ਦੇ ਕੇ ਤੇ ਗਾਂ ਤਾਂ ਸੇਲ ਕਰਨੀ ਇੰਜ ਸਿੱਧੀ ਜਾਣ ਦੇ ਪਰੀ ਵੈਲ ਸ਼ੋਕ ਕਰੋ ਜੀ ਸ਼ੋਕ ਦਾ ਕੋਈ ਮੁੱਲ ਨਹੀਂ ਫ੍ਰੀ ਆਫ ਕਾਸਟ ਹੈ ਇਹ ਤੇ ਜਾਨੀ ਬੈਸ ਟੀਵੀ ਮਾਸ਼ਾਅੱਲਾ ਸ਼ੋਕੀ ਬਰਾਵਾ ਐ ਵਾਹ ਅਸੀਂ ਗੱਲ ਕਰ ਛੱਡਦੇ ਆ 40 ਕਿਲੋ ਤੋਂ 45 ਕਿਲੋ ਤੋਂ 50 ਲੀਟਰ ਹੈ ਗਾਵਾਂ ਮਿਲਦੀਆਂ ਕਦੇ ਕਦੇ 50 ਕਿਲੋ ਵਾਲੀਆਂ ਰੋਜ਼ ਗਾਵਾਂ ਨਹੀਂ ਮਿਲਦੀਆਂ ਹਾਂਜੀ ਸਾਹਿਬ ਇਹ ਪ੍ਰਿੰਟ ਸੂਬਾ ਪੰਜਾਬ ਦੇ ਵਿੱਚ ਮੇਰਾ ਕੋਈ ਚੈਲੰਜ ਨਹੀਂ ਇਹ ਮੈਂ ਖੁਸ਼ੀ ਦੀ ਗੱਲ ਕਰ ਰਿਹਾ ਅਗਰ ਸੂਬਾ ਪੰਜਾਬ ਦੇ ਵਿੱਚ ਇਹ ਵਜੀ ਚੀਜ਼ ਜਿਸ ਭਰਾ ਨੂੰ ਮਿਲੇ ਨਾ ਉਸ ਨੂੰ ਮੈਂ ਇਨਾਮ ਦਿਆਂਗਾ ਜ਼ਿੰਦਾਬਾਦ ਹੋ ਗਿਆ ਸੂਬਾ ਪੰਜਾਬ ਚ ਜ਼ਿੰਦਾਬਾਦ ਕੋਈ ਮੈਂ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਨਾ ਕੋਈ ਜਾਨੀ ਦੇ ਚੈਨਲ ਦੀ ਗੱਲ ਕਰ ਰਿਹਾ ਜਿਹੜਾ ਭਰਾ ਵੀ ਸ਼ੋਅ ਕਰਾਵੇ ਇਨਾਮ ਦਿਆਂਗਾ ਉਸ ਭਾਈ ਨੂੰ ਮੈਂ ਹੁੰਡਾ 125 ਤੇਰੀ ਖੈਰ ਹੋ ਗਈ ਅੱਜ ਹੁੰਡਾ 125 ਮੋਟਰਸਾਈਕਲ ਇਨਾਮ ਲੱਗ ਗਿਆ ਜੀ ਭਾਈ ਇਨਾਮ ਦਿਆਂਗਾ ਹਾਈ ਸਾਹਿਬ ਨਹੀਂ ਇਨਾਮ ਦੇਣਾ ਇੱਕ ਮਿੰਟ ਜਾਨੀ ਗੱਲਾਂ ਨਾਲ ਨਹੀਂ ਗਾਂ ਦਾ ਬਲੱਡ ਟੈਸਟ ਕਰਾ ਕੇ ਭਾਈ ਬੜੇ ਬੜੇ ਗੱਲਾਂ ਕਰਦੇ ਨੇ ਅਸੀਂ ਵੀ ਚੈਨਲ ਵੇਖਦੇ ਪਏ ਆ ਸਾਨੂੰ ਵੀ ਇਹ ਖੁਸ਼ੀ ਹੋਈ ਹੈ ਕਿ ਜਾਨੀ ਦੇ ਚੈਨਲ ਤੇ ਗਾਂ ਜਿਹੜੀ ਹੈ ਉਹ 50 ਲੀਟਰ ਵਾਲੀ ਅਸਾਂ ਸ਼ੋਅ ਕਰਾਇਆ ਜ਼ਿੰਦਾਬਾਦ ਠੀਕ ਹੈ ਪਿਛਲੇ ਦਿਨਾਂ 'ਚ ਵੀ ਗਾਂ ਚੰਗੀ ਲੱਗੀ ਆਈ ਗਾਂ ਚੰਗੀ ਲੱਗੀ ਸੀ ਤੇਰੇ ਚੈਨਲ ਤੇ ਲੇਕਿਨ ਭਾਈ ਗੱਲ ਕਰ ਛੱਡਦੇ ਅੱਜ ਆਈਫੋਨ ਹੈ ਅੱਜ ਹੁੰਡੇ 125 ਹੈ ਅੱਜ ਫਲਾਣਾ ਹੈ ਅੱਜ ਟਿਕਾਣਾ ਹੈ ਠੀਕ ਹੈ ਜਰਸੀ ਨਾਲ ਆਈਫੋਨ ਦੀ ਗੱਲ ਹੋਈ ਸੀ ਜੀ ਹੋਈ ਸੀ ਲੇਕਿਨ ਸਾਡੇ ਚੈਨਲ ਨੇ ਉਹਦੇ ਨਾਲ ਚੰਗੀ ਜਰਸੀ ਵਿਖਾ ਕੇ ਇਨਾਮ ਨਹੀਂ ਮੰਗਿਆ ਸਾਨੂੰ ਉਹ ਵੀ ਖੁਸ਼ੀ ਹੈ ਇਨਾਮ ਨਹੀਂ ਮੰਗਿਆ ਸਾਡੇ ਭਰਾ ਨੇ ਠੀਕ ਹੈ ਅਸੀਂ ਇਹ ਨਹੀਂ ਗੱਲ ਕਰ ਰਹੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਭਰਾ ਇਹ ਵਾਜੀ ਗਾਂ ਸ਼ੋਅ ਕਰਾਵੇ 50 ਲੀਟਰ ਦਾ ਗਾਂ ਦਾ ਸ਼ੋਅ ਕਰਾਵੇ ਸਾਡਾ ਕੋਈ ਮੁਕਾਬਲਾ ਨਹੀਂ ਕੋਈ ਹਿੱਟ ਨਹੀਂ ਦੋਤੇ ਜੀ ਚੈੱਕ ਕਰੋ ਜੀ ਉਸ ਭਾਈ ਨੇ 125 ਇਨਾਮ ਦਿਆਂਗੇ ਇਨਾਮ ਦੇਣਾ ਜੀ ਛੋਟਾ ਮੋਟਾ ਇਨਾਮ ਨਹੀਂ ਭਾਈ ਸਾਹਿਬਾ ਦੇ ਨਹੀਂ ਇਨਾਮ ਦੇਣਾ ਤੇ 125 ਇਨਾਮ ਦੇਣਾ ਗੱਲ ਸ਼ਰਤ ਇਹ ਆ ਕਿ ਬਲੱਡ ਟੈਸਟ ਹੋਵੇ ਚੀਜ਼ ਵੇਖਣੀ ਪਹਿਲੇ ਏਸੀਆਈ ਦੀ ਖੂਬਸੂਰਤ ਵੀਡੀਓ ਹਾਜੀ ਅਰਸ਼ਦ ਸਾਹਿਬ ਨੇ ਜਿਹੜਾ ਤੋਹਫਾ ਲਾ ਛੱਡਿਆ ਨਾ ਜਿੱਥੇ ਇਨਾਮ ਲੱਗ ਜਾਂਦੇ ਨੇ ਫਿਰ ਉੱਥੇ ਕੋਈ ਵੱਡੀਆਂ ਗੱਲਾਂ ਨਹੀਂ ਰਹਿ ਜਾਂਦੀਆਂ ਕਿਸੇ ਭਰਾ ਨੂੰ ਚਾਹੀਦੀ ਹੋਵੇ ਇੱਕ ਹੋਰ ਗੱਲ ਹੈ ਇਹ ਮੈਂ ਗੱਲ ਕੀਤੀ ਹੈ ਖੁਸ਼ੀ ਦੀ ਖੁਸ਼ੀ ਦਾ ਨਾ ਮੁਕਾਬਲੇ ਦੀ ਇਹ ਨਾ ਕੋਈ ਹਿੱਟ ਨਾ ਕੋਈ ਚੈਲੰਜ ਹੈ ਦੇਖੋ ਅੱਲਾਹ ਤਾਲਾ ਇਹ ਵਜੀ ਚੀਜ਼ ਦਿੰਦਾ ਕਦੇ ਕਦੇ ਠੀਕ ਹੈ ਕੋਈ ਸ਼ੱਕ ਨਹੀਂ ਜਿਸ ਚੈਨਲ ਭਾਈ ਨੇ ਵੀ ਇਹ ਗੱਲ ਮੇਰੀ ਪਸੰਦ ਨਾ ਲੱਗੇ ਮੈਂ ਉਹਦੇ ਕੋਲ ਮਦਦ ਕਰਸਾਂ ਮੇਰੀ ਗੱਲ ਦਾ ਉਹਨਾਂ ਮਹਿਸੂਸ ਨਹੀਂ ਕਰਨਾ ਲੇਕਿਨ ਅਸੀਂ ਸ਼ੋਅ ਕਰਾਇਆ ਅਸੀਂ ਸ਼ੋਅ ਕਰਾਇਆ ਜਿਹੜਾ ਭਾਈ ਵੀ ਸ਼ੋਅ ਕਰਾਵੇ ਇਸ ਹਫਤੇ ਵਿੱਚ ਇਸ ਹਫਤੇ ਵਿੱਚ ਸ਼ੋਅ ਕਰਾਵੇ ਅੱਜ ਦੀ ਚੀਜ਼ ਦਾ ਅੱਜ ਦੀ ਚੀਜ਼ ਦਾ ਉਸ ਬੰਦੇ ਹਫਤੇ ਤੱਕ ਵੀ ਬੰਡਫਾਈ ਇਨਾਮ ਹੈ ਦੋਤਰੀ ਆ ਵੇਨਾ ਅਡਰ ਦੀ ਕੁਆਲਿਟੀ 50 ਲੀਟਰ ਦਾ ਮਿਲਕਿੰਗ ਰਿਕਾਰਡ ਖੂਬਸੂਰਤੀ 50 ਲੀਟਰ ਦੇ ਇਨਾਮ ਹੈ ਗਾਂ ਦੇ ਪੈਸੇ ਕਿੰਨੇ ਨੇ ਉਹ ਫੋਨ ਤੇ ਗੱਲਾਂ ਹੋ ਸਕਦੀਆਂ ਫੋਨ ਤੇ ਉਹ ਫੋਨ ਤੇ ਜੀ ਤੋਹਫਿਆਂ ਦੇ ਰੇਟ ਨਹੀਂ ਲੱਗਦੇ ਆਈ ਸਾਹਿਬਾ ਤੇ ਗਿਫਟ ਹੈ ਔਰ ਗਿਫਟਾਂ ਦੇ ਨਾਲ ਜਿਹਨਾਂ ਨਾਲ ਤੁਸੀਂ ਗਿਫਟ ਦੇ ਰਹੇ ਆ ਨਹੀਂ ਭਾਈ ਪਤਾ ਕੀ ਗੱਲ ਛੋੜ ਮੇਰੇ ਬੱਚੇ ਆਈ ਕੋਈ ਟੋਰ ਚਮਕਾ ਲੋ ਜੀ ਪੂਰੀ ਗਿਰ ਹੈ ਕਿ ਨਹੀਂ ਗਿਰਲੈਂਡੋ ਹੈ ਕਿ ਨਹੀਂ ਇਹ ਫੈਸਲਾ ਤੁਹਾਡੇ ਤੇ ਛੱਡਦੇ ਆ ਜਾਨਵਰ ਦਾ ਲਿਬਾਸ ਜਾਨਵਰ ਦੀ ਬੋਡੀ ਸਟਰਕਚਰ ਹਾਜੀ ਅਰਸ਼ਦ ਸਾਹਿਬ ਦੀ ਮਿਹਨਤ ਹੈ ਫਿਰ ਨੂੰ ਸਲਾਮ ਹੈ ਔਰ ਜਿਹੜੇ ਭਰਾ ਵੀ ਜਾਨੀ ਬੈਸ ਟੀਵੀ ਸ਼ੋਕ ਨਾਲ ਵੇਖਦੇ ਹੋ ਦੋਵਾਂ ਯਾਦ ਰੱਖਿਓ ਖੁਸ਼ ਹੋ ਹਾਜੀ ਸਾਹਿਬ ਨੇ ਰੇਟ ਲਾ ਕੇ ਗਾਂਤ ਵਿਖਾ ਕੇ ਦਾ ਨਗ ਵਿਖਾ ਕੇ ਦਿਲ ਖੁਸ਼ ਕਰ ਦਿੱਤਾ ਪਿਛਲੀ ਵੀਡੀਓ 'ਚ ਅਮੈਰੀਕਨ ਲਾਈ ਸੀ ਇਸ ਚਾਈ ਸਾਹਿਬ ਨੇ ਇਹ ਲਾ ਛੱਡੀ ਹੈ ਮੇਰਾ ਨਹੀਂ ਖਿਆਲ ਕਿ ਆਉਣ ਵਾਲੇ ਕੋਈ ਦਿਨਾਂ ਤੱਕ ਐਂ ਦਾ ਕੋਈ ਸ਼ੋਕ ਕੋਈ ਹੋਰ ਕਰਾਵੇ ਬਾਕੀ ਅਗਰ ਕੋਈ ਕਰਾਵੇ ਤੇ ਸਾਡੇ ਉਹਦੇ ਵਾਸਤੇ ਵੀ ਨੇਕ ਖਵਾਇਸ਼ਾਤ ਨੇ
ਹਾਜੀ ਸਾਹਿਬ ਨੇ ਵੀ ਨੇਕ ਖੁਆਇਸ਼ਾਂ ਦਾ ਇਜ਼ਹਾਰ ਕੀਤਾ ਕਿ ਅਸੀਂ ਉਹਨੂੰ ਐਪਰੀਸ਼ੀਏਟ ਕਰਨੇ ਆ, ਕੋਈ ਐਂ ਦਾ ਸ਼ੌਕ ਸਾਨੂੰ ਹੋਰ ਵੀ ਕਰਕੇ ਵਿਖਾਵੇ। ਮਾਸ਼ਾ ਜੀ ਗਰਲੈਂਡੋ ਦੇ ਹਰ ਤਰ੍ਹਾਂ ਦੇ ਮੇਲੇ ਤੇ ਸੱਜੇ ਪੈਣੇ ਹਾਜੀ ਸਾਹਿਬ ਕੋਲ ਕ੍ਰੋਸ ਬਰੀਡਾਂ ਬੜੇ ਬੜੇ ਸੋਹਣੇ ਕੱਚੀਆਂ ਵੈੜਾਂ ਵੀ ਮੌਜੂਦ ਸਨ, ਲੇਕਿਨ ਹਾਜੀ ਸਾਹਿਬ ਨੇ ਸ਼ੌਕ ਨਹੀਂ ਕਰਾਇਆ। ਆਉਣ ਵਾਲੇ ਟਾਈਮ 'ਚ ਜਿਹੜੇ ਭਰਾ ਵੀ ਰਾਬਤਾ ਕਰਦੇ ਨੇ ਉਹਨਾਂ ਲਈ ਮਾਸ਼ਾ ਜੀ ਅੱਛੀਆਂ ਚੀਜ਼ਾਂ ਕੈਟਾਗਰੀਆਂ ਫਿਰ ਵੀ ਖਲੋਤੀਆਂ ਨੇ। ਗਾਵਾਂ ਦਾ ਪੂਰਾ ਮਾਸ਼ਾ ਜੀ ਵਾੜਾ ਭਰਿਆ ਪਿਆ, ਮੇਲਾ ਸਜਿਆ ਪਿਆ, ਔਰ ਮੈਂ ਤੁਹਾਨੂੰ ਉਹ ਗਾਵਾਂ ਵੀ ਦੋ ਵਿਖਾਵਾਂਗਾ ਜਿਹੜੀਆਂ ਹਾਜੀ ਸਾਹਿਬ ਨੇ ਸੇਲ ਆਊਟ ਕੀਤੀਆਂ ਨੇ। ਇਹ ਜਾਨਵਰ ਕਸ਼ਮੀਰ ਜਾ ਰਿਹਾ ਜੀ, ਮਾਸ਼ਾ ਚੈੱਕ ਕਰੋ ਹਾਜੀ ਸਾਹਿਬ, ਇਹ ਕਸ਼ਮੀਰ ਜਾ ਰਿਹਾ, ਕੁਆਲਿਟੀ ਬਰੀਡ ਬਲੱਡ ਲਾਈਨ। ਮਾਸ਼ਾ ਜੀ ਦੋਵਾਂ ਯਾਦ ਰੱਖਿਓ, ਖੁਸ਼ ਅੱਲਾ ਫਿਜ਼ ਹਾਜੀ ਸਾਹਿਬ ਪਾਕਿਸਤਾਨ ਜਿੰਦਾਬਾਦ।